श्री दरबार साहब दे कोल जोड़ा घर दे कोल सुरंग मिली है खुदाई दौरान, पुरातन विभाग जो भी रिपोर्ट देगी उसके आधार पे फिर अगे फर्दर कार्रवाई की जाएगी। ओमनी कमेटी दे रूल्स फिर देखेगा कौन, कौन इस ते फिर नजर जवाबदेह कौन होएगा कि कार सेवा दे नाम ते साडियां जो धरोहरां ने जो विरासतां ने वो गायब हो रही हैं। पर जो हाल दी कड़ी जिस तरह की तुसीं दस्सिया कि तहखाना मिलिया ते उस तों बाद जो विरोध शुरू होए ने अलग अलग जथेबंदियां, भाई बलदेव सिंह वडाला जी भी बैठे ने, होर भी कई जथेबंदियां विरोध कर रही ने कि असीं नहीं टुटन देवांगे, ਤੁਹਾਡੇ ਹਿਸਾਬ ਦੇ ਨਾਲ ਕੀ ਇਹ ਵਿਰੋਧ ਕਰਨਾ ਜਾਇਜ਼ ਹੈ ਜਾਂ ਆਪਸ ਵਿੱਚ ਮਿਲ ਬਹਿ ਕੇ ਕੋਈ ਇਸ ਮਾਮਲੇ ਦਾ ਹੱਲ ਕੱਢਣਾ ਚਾਹੀਦਾ? ਅੱਛਾ ਅਨੁਰਾਗ ਸਿੰਘ ਜੀ, ਇੱਕ ਹੋਰ ਮਾਮਲਾ ਮੇਰੇ ਧਿਆਨ ਚ ਆ ਰਿਹਾ ਜੋ ਬੀਤੇ ਹਫ਼ਤੇ ਹੋਇਆ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਜੀ ਨੂੰ ਇੱਕ ਉਹ ਦਿੱਤੀ ਬੁੱਕ ਦਿੱਤੀ ਕਿਤਾਬ ਦਿੱਤੀ ਕੇ ਟੀ ਐਸ ਤੁਲਸੀ ਦੀ ਮਾਤਾ ਜੀ ਨੇ ਜੋ ਲਿਖੀ ਸੀ ਬਲਜੀਤ ਕੌਰ ਜੀ ਨੇ ਤੇ ਦ ਰਮਾਇਣ ਆਫ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਇਹ ਵੀ ਮਾਮਲਾ ਕਾਫੀ ਵੱਖਿਆ ਸੀ, ਇਸ ਨੂੰ ਤੁਸੀਂ ਕਿਸ ਹਿਸਾਬ ਨਾਲ ਦੇਖਦੇ? ਪਹਿਲੀ ਗੱਲ ਹੈ ਤੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਕੋਈ ਐਸੀ ਪੁਸਤਕ ਹੀ ਨਹੀਂ ਲਿਖੀ ਰਮਾਇਣ ਆਫ ਗੁਰੂ ਗੋਬਿੰਦ ਸਿੰਘ, ਕੋਈ ਨਹੀਂ ਲਿਖੀ, ਸਾਰੇ ਦਸਗੁਣਾਂ ਚ ਚੈੱਕ ਕਰ ਲਓ, ਉਹ ਹੈ ਉਹਦਾ ਟਾਈਟਲ ਹੈ ਰਾਮ ਅਵਤਾਰ। ਤੇ ਰਾਮ ਅਵਤਾਰ ਜਿਹੜਾ ਹੈ ਆਮ ਜਿਵੇਂ ਹੈਗੀ ਆ ਜਿਹੜੀ ਉਹਨਾਂ ਦੀ ਚੰਡੀ ਚਰਿੱਤਰ ਹੈ ਉੱਥੇ ਤਾਂ ਲਿਖਿਆ ਵੀ ਮਾਰੇ ਕਾਂਡੇ ਪ੍ਰਾਣ ਤੋਂ ਮੈਂ ਲੈ ਰਿਹਾ, ਉਹ ਵੀ ਭਾਖ ਹੈ, ਉਹ 700 ਸਲੋਕ ਨੇ, ਗੁਰੂ ਸਾਹਿਬ ਦੇ 230 ਨੇ ਜੀ, ਠੀਕ ਹੈ ਨਾ। ਫਿਰ ਉਹਦੀ ਫਾਰਮੂਲੇਸ਼ਨ ਹੈ ਉੱਥੇ ਫਿਗਰੇਟਿਵ ਐਕਸਪ੍ਰੈਸ਼ਨ 'ਚ ਹੈ ਗੁਰੂ ਸਾਹਿਬ ਦੇ ਵਿੱਚ, ਉੱਥੇ ਉਹ ਪਰਸੋਨੀਫਾਈਡ ਹੈ। ਐਵੇਂ ਜਿਹੜੀ ਕਿਤਾਬ ਆਇਆ ਵਾ, ਹੁਣ ਆਪਾਂ ਕਹੀਏ ਪਹਿਲੀ ਕਾਪੀ 26 1967 'ਚ ਹੋਈ ਹੈ, 1967 ਤੋਂ ਬਾਅਦ ਇਹਦੀਆਂ 4 ਹੋਰ ਐਡੀਸ਼ਨਾਂ ਛਪੀਆਂ ਨੇ, 1989, 2000, 2000 ਇਸ ਤੋਂ ਬਾਅਦ ਦੀ ਵੀ, ਇਸ ਤੋਂ ਪਹਿਲਾਂ ਦੀ ਵੀ। ਔਰ ਕਮਾਲ ਦੀ ਗੱਲ ਹੈ ਕਿ ਬਾਹਰ ਟਾਈਟਲ ਹੈ ਰਮਾਇਣ ਆਫ ਗੁਰੂ ਗੋਬਿੰਦ ਸਿੰਘ, ਹੇਠਾਂ ਲਿਖਿਆ ਰਾਮ ਅਵਤਾਰ ਪੰਜਾਬੀ 'ਚ, ਰਾਮ ਅਵਤਾਰ ਕਿਰਤ ਸ੍ਰੀ ਗੁਰੂ ਗੋਬਿੰਦ ਸਿੰਘ। ਵਾਈ 2 ਟਾਈਟਲਸ? ਕਦੀ ਕਿਸੇ ਵੀ ਕਿਤਾਬ ਦੇ 2 ਟਾਈਟਲ ਨਹੀਂ ਹੁੰਦੇ, ਟਾਈਟਲ ਤਾਂ ਸਭ ਟਾਈਟਲ ਦਾ ਹੁੰਦਾ, ਅੰਦਰ ਫਿਰ ਠੀਕ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਿੱਤ ਰਾਮ ਅਵਤਾਰ। ਕਿਉਂ ਹੁਣ ਇਹ ਇੰਨੇ ਸਾਲ ਬਾਅਦ ਤੁਲਸੀ ਸਾਹਿਬ ਨੇ ਛਪਾਈ, ਪਤਾ ਨਹੀਂ ਕਿਸ ਤਰ੍ਹਾਂ ਛਪਾਈ ਗਈ, ਕਿਉਂ ਛਪਾਈ ਗਈ, ਉਹਨੂੰ ਦੇਖ ਕੇ ਪਤਾ ਲੱਗੇਗਾ। ਪਰ ਜੇ ਉਹਦੇ ਅੰਦਰ ਕੋਈ ਛੇੜਛਾੜ ਹੋਈ ਹੈ ਦੇਖਣ ਵਾਲੀ ਗੱਲ ਹੋਊਗਾ। ਦੂਸਰੀ ਕਿਤਾਬ ਹੈ ਉਹਨਾਂ ਦੀ ਮਦਰ ਦੀ ਆ ਦੈਵੀ ਅਨੰਦ ਸਾਹਿਬ ਦਾ, ਕਿਤਾਬਾਂ ਬਹੁਤ ਅੱਛੀਆਂ ਉਹਨੇ ਟਰਾਂਸਲੇਟ ਕੀਤੀ, ਇਹਨੂੰ ਛੁਪਾ ਦਿਓ, ਇਹ ਹੁਣ ਉਹ ਬੀਜੇਪੀ ਦੇ ਏਜੰਡੇ 'ਤੇ ਨਹੀਂ ਫਿੱਟ ਪੈਂਦੀ, ਇਹ ਟਾਈਟਲ ਫਿੱਟ ਪੈਂਦਾ। ਹੁਣ ਕਮਾਲ ਦੀ ਗੱਲ ਹੈ ਕਿ ਇਸਦਾ ਮੈਨੂੰ ਮੈਸੇਜ ਭੇਜਿਆ ਮਨਜੀਤ ਸਿੰਘ ਜੀ ਕੇ ਦੇ PA ਕਿ ਮੋਦੀ ਸਾਹਿਬ ਨੇ ਪਹਿਲਾਂ ਇਹ ਨਾਰਾ ਲਾਇਆ ਅਤੇ ਹੁਣ ਕਿਤਾਬ ਛਾਪੀ, ਉਹ ਮੈਂ ਵਿੱਚ ਪਾ ਕੇ ਫਿਰ ਪੋਸਟ ਪਾਈ ਵੀ ਇਹ ਕਿਤਾਬ ਦੇ 4 ਟਾਈਟਲ ਨੇ। ਹੁਣ ਪੋਲੀਟੀਕਲ ਬੋਸਿਸ ਨੂੰ ਸੂਟ ਕਰਦਾ, ਅਸੀਂ ਉੱਥੇ ਖਲੋ ਜਾਂਦੇ ਹੱਥ ਜੋੜ ਕੇ, ਤਾਂ ਫਿਰ ਪਹਿਲਾਂ ਇੰਦਰਾ ਤੋਂ ਖੈਰ ਮੰਗਦੇ ਰਹੇ, ਹੁਣ ਮੋਦੀ ਜੀ ਤੋਂ ਖੈਰ ਮੰਗ ਲਓ, ਅਤੇ ਕੌਮ ਇਹ ਖੈਰ ਮੰਗਣ ਲਈ ਨਹੀਂ ਮੰਗੀ ਸੀ ਬਣੀ ਸੀ, ਅਤੇ ਜੇ ਖੈਰ ਹੀ ਮੰਗਣੀ ਕੁਰਸੀਆਂ ਦੀ ਮੰਗ ਰਹੇ ਹਾਂ ਤਾਂ ਸਰਕਾਰ ਕਿੰਨਾ ਕੁਝ ਦੇ ਦੇਗੀ ਤੁਹਾਨੂੰ? ਉਹ ਕਹਿੰਦੇ ਵੀ ਜਾਂ ਆਪਣੇ ਲਈ ਲੈ ਲਓ ਜਾਂ ਕੌਮ ਲਈ ਲੈ ਲਓ, ਉਹ ਕਹਿੰਦੇ ਜੀ ਆਪਣੇ ਲਈ ਸਾਨੂੰ ਦੇ ਦਿਓ ਜੀ, ਆਹ ਇੱਕ ਕੁਰਸੀ ਚਾਹੀਦੀ ਹੈ, ਇੱਥੇ ਸਾਡੀ ਕਮੇਟੀ ਬਣ ਜੇ, ਇੰਨੀ ਕੁ ਚੱਕਰ ਹੈ, ਹੋਰ ਇਹਦੇ 'ਚ ਕੋਈ ਮਤਲਬ ਕਿ ਹਾਂ ਉਹ ਸਾਨੂੰ ਆਦਤ ਪੈ ਗਈ ਹੈ ਕਿ ਹਰੇਕ ਚੀਜ਼ ਨੂੰ ਬਹੁਤ ਜਲਦੀ ਉਛਾਲ ਦਿੰਦੀ, ਜਿਨ੍ਹਾਂ ਨੂੰ ਉਛਾਲਿਆ ਉਹਨਾਂ ਨੂੰ ਵੀ ਪਤਾ ਅੰਦਰ ਕੀ ਹੈ। ਅਤੇ ਮੈਂ ਤਾਂ ਇਸੇ ਕਰਕੇ ਕਿਹਾ ਵੀ ਮੈਂ ਜਿਹੜੀ ਨਵੀਂ ਛਪੀ ਹੈ ਉਹਨੂੰ ਪੜ੍ਹਾਂਗਾ ਤਾਂ ਫਿਰ ਪਤਾ ਲੱਗੇਗਾ ਕਿ ਜੋ ਓਰਿਜਨਲ ਹੈ ਉਹਦੀ ਡਿਸਟੋਰਸ਼ਨ ਤਾਂ ਨਹੀਂ ਆਮ ਹੁੰਦੀ ਹੈ, ਇਹ ਇਸ ਟਾਈਟਲ ਨੂੰ ਜਸਟੀਫਾਈ ਕਰਨ, ਵਰਨਾ ਸ਼ਾਮ ਨੂੰ ਜਦੋਂ ਆਪਾਂ ਰਹਿਰਸ ਕਰਦੇ ਹਾਂ ਤਾਂ ਉਹਦੇ 'ਚ ਤਾਂ ਬੜੇ ਦੋਹਰੇ ਇਹਦੇ 'ਚੋਂ ਪੜ੍ਹੇ ਜਾਂਦੇ ਨੇ, ਸਗਲ ਦੁਆਰ ਕੋ ਛਾੜ ਕੇ ਗਏ ਤੁਹਾਡਾ ਦੁਆਰ ਬਾਹਗੇ ਕੀ ਇਲਾਜ ਗੋਬਿੰਦ ਦਾਸ ਤੁਹਾਰ, ਇਹ ਜੋ ਪੜ੍ਹਦੇ ਹਨ। ਤੋ ਇਸ ਕਰਕੇ ਇਹ ਜਿਹੜੀ ਹੈ ਨਾ ਹੁਣ ਕੰਮ ਤਾਂ ਹੋ ਨਹੀਂ ਰਿਹਾ, ਰੌਲਾ ਹੈਗਾ, ਤਾਂ ਰੌਲੇ 'ਚ ਜਿਹੜਾ ਕਰ ਰਿਹਾ ਹੁੰਦਾ ਕੰਮ ਉਹ ਵੀ ਸਫ਼ਰ ਕਰਦਾ ਹੁੰਦਾ ਕਿਉਂਕਿ ਇਹਨਾਂ ਨੂੰ ਨਾਲ ਮਿਲਦਾ, ਅਤੇ ਜਿਹੜੇ ਅਸਿਮੀਲੇਸ਼ਨ ਦੇ ਜਿਹੜੇ ਅਸਿਮੀਲੇਸ਼ਨ ਦੇ ਜਿਹੜੇ ਹੁੰਦੇ ਨੇ ਨਾ ਰੂਲਸ, ਉਹ 3 ਸੀਜ਼ ਹੈ, ਪਹਿਲਾ ਸੀ ਹੁੰਦੀ ਹੈ ਕ੍ਰੀਏਟਿਵ ਕੰਟਰੋਵਰਸੀ,
ਕੰਟਰੋਵਰਸੀ ਨਹੀਂ, ਸਾਰੇ ਜਿਹੜੇ ਵਿਦਵਾਨ ਨੇ ਉਹਦੇ ਵਿੱਚ ਫਸ ਜਾਂਦੇ ਨੇ। ਵਿਦ ਦੀ ਕੰਟਰੋਵਰਸੀ ਕ੍ਰੀਏਟ ਦੀ ਕਨਫਿਊਜ਼ਨ, ਜਿਹੜੇ ਕੌਮ ਕੋਲ ਕਨਫਿਊਜ਼ਨ ਪੈ ਗਿਆ ਉਹਨੇ ਸਿੱਧੇ ਰਾਹ ਤੁਰਨਾ ਹੀ ਕਿੱਥੇ ਆ। ਤੀਸਰੀ ਸੀ ਕਰੰਸੀ, ਪੈਸਾ ਦਿਓ ਪੈਸਾ ਫੇਕੋ ਔਰ ਤਮਾਸ਼ਾ ਦੇਖੋ। ਹੁਣ ਸਰਕਾਰ ਕੋਲ ਕਿਹੜਾ ਪੈਸਾ ਘੱਟ ਹੁੰਦਾ। ਇੱਕ ਬੁੱਕ ਹੈ ਰਿਸਰਚਿੰਗ ਆਈ ਫਾਰਮਰ ਹੋਮ ਸੈਕਟਰੀ ਗੁਰਦੇਵ ਸਿੰਘ ਗਰੇਵਾਲ, ਮੇਰੇ ਫਾਦਰ ਦੇ ਸਟੂਡੈਂਟ ਰਹੇ, ਉਹ ਬੜੀਆਂ ਕਲੀਅਰ ਚੀਜ਼ਾਂ ਦਿੱਤੀਆਂ ਕਿ ਆਹ ਜਿਹੜੀਆਂ ਨੇ ਆਰਗਨਾਈਜੇਸ਼ਨ ਗਿਆਨੀ ਜੈਲ ਸਿੰਘ ਨੇ ਬਣਾਈਆਂ ਸੀ, ਦਲ ਖਾਲਸਾ ਦਾ ਵੀ ਨਾਮ ਦੇ ਰਹੇ ਨੇ। ਫਿਰ ਕਹਿੰਦੇ ਜਦੋਂ ਉੱਥੇ ਮੰਦਰਾਂ ਦੇ ਅੱਗੇ ਗਊ ਦੇ ਸਿਰ 'ਤੇ ਪੂਛਾਂ ਕੱਟ ਕੇ ਸਿੱਟੀਆਂ ਗਈਆਂ, ਉਹ ਦਲ ਖਾਲਸਾ ਦੇ ਨਾਂ ਲੱਗੀਆਂ, ਦਲ ਖਾਲਸਾ ਨੇ ਓਨ ਵੀ ਕੀਤੀ। ਠੀਕ ਹੈ, ਫਿਰ ਮਤਲਬ ਕੀ ਹੈ ਜੀ, ਕੌਣ ਡਿਸਟਰਬੈਂਸ ਕ੍ਰੀਏਟ ਕਰਾ ਰਿਹਾ ਸੀ, ਗਿਆਨੀ ਜੈਲ ਸਿੰਘ ਖੁਦ। ਪਰ ਲੇਟਰ ਆਨ ਉਹਨਾਂ ਨੇ ਕਿਹਾ ਕਿ ਮੈਨੂੰ ਸੀਨੀਅਰ IAS ਅਫਸਰ ਮਿਲਿਆ ਮਨਮੋਹਨ ਸਿੰਘ, ਉਹਦਾ ਨਾਂ ਦੱਸ ਰਹੇ ਨੇ, ਬੜੀ ਭੈੜੀ ਹਾਲਤ ਸੀ। ਉਹਨੇ ਦੱਸਿਆ ਕਿ ਇਹ ਜਿਹੜੇ ਗਊ ਦੇ ਸਿਰ ਸੀ, ਸਾਡੀ ਡਿਊਟੀ ਲੱਗਦੀ ਵੱਢ ਕੇ ਫਿਰ ਲਾਓ, ਜੇ ਸਰਕਾਰੀ ਅਧਿਕਾਰੀ ਅਤੇ ਸਰਕਾਰ ਹੀ ਇਹ ਕੰਮ 'ਤੇ ਲੱਗ ਜਾਂਦੇ ਤਾਂ ਫਿਰ ਡਿਸਟਰਬੈਂਸ ਤਾਂ ਫਿਰ ਆਪੇ ਹੋਏਗੀ ਕੰਟਰੀ ਦੇ ਵਿੱਚ। ਜਦੋਂ ਕੰਟਰੀ 'ਚ ਡਿਸਟਰਬੈਂਸ ਹੋਈ ਤਾਂ ਨਾ ਸਰਕਾਰ ਕੰਮ ਕਰੇ ਨਾ ਲੋਕ ਕਰ ਸਕਦੇ। ਸੋ ਇਹ ਪਰ ਇਹੋ ਜਿਹੀ ਕੋਈ ਕਿਤਾਬ ਕਿਸੇ ਨੂੰ ਪੇਂਟ ਕਰਨਾ, ਖਾਸ ਕਰਕੇ ਪ੍ਰਧਾਨ ਮੰਤਰੀ ਨੂੰ ਪੇਂਟ ਕਰਨਾ, ਤੇ ਉਹਦੇ ਵਿੱਚ ਅਗਰ ਕੋਈ ਛੇੜਖਾਨੀ ਹੁੰਦੀ ਹੈ ਤੇ ਫਿਰ ਇਸ ਗੱਲ ਦੀ ਜਾਂਚ ਕੌਣ ਕਰੇ, ਇਸ ਗੱਲ ਦੇ ਕੌਣ ਦੇਖੇ? ਮੈਂ ਕਰ ਦੂੰਗਾ ਜੀ, ਜੇ ਹੋਰ ਨਹੀਂ ਕਰਨਾ ਚਾਹੁੰਦਾ ਕੋਈ, ਕਿਉਂਕਿ ਸ਼੍ਰੋਮਣੀ ਕਮੇਟੀ ਕੋਲ ਇੱਕ ਆਈ ਸੀ ਬਾਹਰੋਂ ਕਿਤਾਬ ਗੁਰੂ ਗ੍ਰੰਥ ਸਾਹਿਬ ਦਾ ਟ੍ਰਾਂਸਲੇਸ਼ਨ, 10-12 ਵਾਲੀਆਂ ਹੋਣੇ ਨੇ, ਉਹਨਾਂ ਨੇ ਸਾਰਿਆਂ ਨੇ ਮਿਹਨਤ ਕਰ ਲਈ, ਸਾਰੀ ਯੂਨੀਵਰਸਿਟੀ ਵਾਲਿਆਂ ਦੀ, ਕਿਸੇ ਨੇ ਹੱਥ ਨਹੀਂ ਫੜਾਇਆ ਵੀ ਅਸੀਂ ਰਿਵਿਊ ਕਰਨਾ। ਮੈਂ ਕਿਹਾ ਵੀ ਇੰਝ ਹੈ, ਤੁਸੀਂ ਮੈਨੂੰ ਦੇ ਦਿਉ ਇੱਕ ਵਾਲੀ, ਮੈਂ ਰਿਵਿਊ ਕਰ ਦਿੰਦਾ। ਉਹ ਟ੍ਰਾਂਸਲੇਸ਼ਨ ਦੇ ਕੋਈ ਹੈ ਨਾ, 18 ਪੇਜ ਦਾ ਰਿਵਿਊ ਭੇਜਿਆ ਸੀ। ਪਰ ਕੀ ਉਹਦੀ ਪੁਸ਼ਟੀ ਹੋਈ ਵੀ ਅਸੀਂ ਇਹ ਕਿਤਾਬ ਵਿਦਵਾਨਾਂ ਕੋਲੋਂ ਚੈੱਕ ਕਰਵਾਈ ਹੈ? ਨਹੀਂ ਨਹੀਂ, ਉਹ ਕਰਵਾਈ, ਉਹ ਟ੍ਰਾਂਸਲੇਸ਼ਨ ਛਪੀ ਨਹੀਂ। ਫਿਰ ਮੈਂ ਦੱਸਤਾ ਸੀ ਵੀ ਇਹਦੇ 'ਚ ਆਹ ਕੁਛ ਹੈਗਾ। ਅੱਛਾ ਜੀ, ਠੀਕ ਹੈ, ਕਾਪੀ ਹੈ, ਕਿਹੜੀ ਥਾਂ ਤੋਂ ਕਾਪੀ ਉਹ ਵੀ ਦੱਸ ਦਿਓ ਸੀ। ਇੱਕੋ ਹੀ ਫਿਰ ਉਹਦੇ ਮੈਂ ਕੋਈ ਪੈਸਾ ਨਹੀਂ ਲਿਆ, ਨਾਲ ਮੈਂ ਕਿਹਾ ਇੱਥੇ ਲਿਖਦੀ ਉੱਤੇ ਵੀ ਕੋਈ ਪੈਸਾ ਨਹੀਂ, ਕਿਉਂਕਿ ਉੱਥੇ ਬਿੱਲ ਪਾ ਲੈਂਦੇ ਨੇ। ਇਹ ਕੋਈ ਛੋਟਾ ਮੋਟਾ ਕੰਮ ਨਹੀਂ ਹੈ, ਸਾਰੀ ਕੌਮ ਦਾ ਕੰਮ ਹੈ। ਜਿਹੜੇ ਰਾਈਟ ਥਿੰਕਿੰਗ ਬੰਦੇ ਨੇ, ਜਿਨ੍ਹਾਂ ਨੇ ਆਪਣੀ ਥਿੰਕਿੰਗ ਜਿਹੜੀ ਉਹ ਸਸਪੈਂਡ ਕੀਤੀ, ਉਹਨਾਂ ਦੇ ਤਾਂ ਕੋਈ ਇਲਾਜ ਹੀ ਹੋਈ ਨਹੀਂ। ਠੀਕ ਹੈ, ਜਿਹੜੇ ਰਾਈਟ ਥਿੰਕਿੰਗ ਬੰਦੇ ਨੇ ਨਾ, ਉਹ ਇਕੱਠੇ ਹੋਣੇ ਚਾਹੀਦੇ ਨੇ ਗੁਰੂ ਦੀ ਖਾਤਰ, ਕਿਸੇ ਸ਼ੋਹਰਤ ਦੀ ਖਾਤਰ ਨਹੀਂ, ਗੁਰੂ ਦੀ ਖਾਤਰ। ਜੇ ਤੁਸੀਂ ਗੁਰੂ ਲਈ ਕੁਛ ਨਹੀਂ ਕਰੋਗੇ ਤਾਂ ਗੁਰੂ ਫਿਰ ਤੁਹਾਡੇ ਲਈ ਕੁਛ ਨਹੀਂ ਕਰੇਗਾ। ਪਰ ਉਸ ਕਿਤਾਬ ਵਿੱਚ ਕੀ ਸੀ ਅਜਿਹਾ? ਕੁਛ ਨਹੀਂ, ਟ੍ਰਾਂਸਲੇਸ਼ਨ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਰਾਮ ਅਵਤਾਰ, ਉਹਦਾ ਟ੍ਰਾਂਸਲੇਸ਼ਨ ਅੰਗਰੇਜ਼ੀ 'ਚ, ਉਹ ਤਾਂ ਕੁਛ ਨਹੀਂ, ਟਾਈਟਲ ਹੈ, ਟਾਈਟਲ ਮਿਸਲੀਡਿੰਗ ਹੈ। ਮੈਂ ਉਹ ਬੜਾ ਪਹਿਲਾਂ ਵੀ ਕਿਹਾ ਸੀ, ਹੁਣ ਵੀ ਕਹਿ ਰਹੇ, ਅੰਦਰ ਜਿਹੜੀਆਂ ਗਲਤੀਆਂ ਥੋੜ੍ਹੀਆਂ ਬਹੁਤ ਹੁੰਦੀਆਂ ਨੇ, ਉਹ ਹਰੇਕ ਮੇਰੀ ਵੀ ਕਿਤਾਬ ਕੋਈ ਨਾ ਕੋਈ ਕੱਢ ਦੇਗਾ ਬੰਦਾ, ਉਹ ਮੈਂ ਅੰਦਰ ਨੋਟ ਕੀਤੀਆਂ ਨੇ ਵੀ ਕਦੇ ਕੋਈ ਇਸ ਵਿਸ਼ੇ 'ਤੇ ਕੰਮ ਕਰਾਂਗਾ ਤਾਂ ਉੱਥੇ ਮੈਂ ਫੋਟ ਨੋਟ ਦੱਸ ਦਾਂਗਾ। ਇਹ ਤਾਂ ਕੋਈ ਵੱਡੀ ਗੱਲ ਨਹੀਂ, ਬਟ ਪ੍ਰਾਈਮ ਮਿਨਿਸਟਰ ਹਾਊਸ ਤੋਂ ਇੱਕ ਕਿਤਾਬ ਲਈ ਇੰਨਾ ਜਿਹੜਾ ਅਡੰਬਰ ਕਰਨਾ, ਪ੍ਰਾਈਮ ਮਿਨਿਸਟਰ ਕੋਲ ਕਿਸਾਨਾਂ ਲਈ ਟਾਈਮ ਨਹੀਂ, ਪ੍ਰਾਈਮ ਮਿਨਿਸਟਰ ਕੋਲ ਜਿਹੜੇ ਬੈਂਕਿੰਗ ਰੈਗੂਲੇਸ਼ਨ ਐਕਟ ਔਰ ਬੈਂਕਿੰਗ ਸਿਸਟਮ ਲਈ ਕੋਈ ਟਾਈਮ ਨਹੀਂ, ਜਿਹੜੀਆਂ ਆਫਿਸਰਸ ਅਤੇ ਕਲਰਕ ਸਟਾਫ ਦੀ ਜਿਹੜੀ ਰਿਵੀਜ਼ਨ ਹੋਣੀ ਸੈਲਰੀ, ਉਹ 3 ਸਾਲ ਬੀਤ ਗਿਆ, ਹਾਲੇ ਤੱਕ ਉਹਦੇ ਲਈ ਟਾਈਮ ਨਹੀਂ। ਔਰ ਰਾਮ ਮੰਦਰ ਜਦੋਂ ਬਣਾਇਆ ਗਿਆ, ਉਹਦੀ ਜਿਹੜੀ ਆ ਰਹੀ ਆ, ਜਦੋਂ ਆਈ ਜਜਮੈਂਟ ਆਈ, ਜਜਮੈਂਟ 'ਚ ਗੁਰੂ ਨਾਨਕ ਦੇਵ ਜੀ ਦੀ ਝੂਠੀ ਗਵਾਹੀ ਦਿੱਤੀ ਗਈ। ਮੈਂ ਤਾਂ ਪੜ੍ਹ ਲਈ ਸੀ, ਸਾਡਾ ਕੋਈ ਯੂਨੀਵਰਸਿਟੀ ਵਾਲੇ ਕਿਉਂ ਨਹੀਂ ਬੋਲਦੇ? ਮੈਂ ਫਿਰ ਭਾਜਪਾ ਦੇ ਜਿਹੜੇ, ਮੈਂ ਦੋਸਤੀ ਸਾਹਿਬ ਨਾਲ ਰੱਖੀ, ਕਿਉਂ ਮੇਰਾ ਕਿਹੜਾ ਦੁਸ਼ਮਣ ਹੈ? ਹੁਣ ਸੱਦ ਕੇ ਮੈਂ ਕਿਹਾ ਵੀ ਆ ਜਾਓ ਲਾਇਬ੍ਰੇਰੀ 'ਚ, ਤੁਹਾਨੂੰ ਦਿਖਾਵਾਂ ਜਿਹੜੇ ਜਿਹੜੇ ਉੱਥੇ ਤੁਸੀਂ ਪੇਸ਼ ਕੀਤੇ ਹੋਏ ਨੇ। ਕਹਿੰਦੇ ਸੱਚੀ? ਮੈਂ ਕਿਹਾ ਮੈਂ ਐਫੀਡੇਵਿਟ ਦੇ ਦਿੰਦਾ, ਜਾਂ ਮੇਰੇ 'ਤੇ ਮੁਕੱਦਮਾ ਚੱਲ ਜੂ, ਜਾਂ ਤੁਹਾਡੇ ਬੰਦੇ ਦੇ ਜਿਹੜਾ ਰਜਿੰਦਰ ਸਿੰਘ ਜੀ ਨੇ ਉੱਥੇ ਐਫੀਡੇਵਿਟ ਦਿੱਤਾ, ਐਫੀਡੇਵਿਟ 'ਤੇ ਕੇਸ ਡਿਸਾਈਡ ਹੋਇਆ ਨਾ। ਹੁਣ ਜੇ ਮੁਸਲਮਾਨ ਨਹੀਂ ਬੋਲਣਗੇ ਉਹਦੇ 'ਤੇ ਤਾਂ ਮੈਨੂੰ ਵੀ ਹਰਜ ਹੈ ਜੀ, ਮੈਂ ਮੇਰਾ ਕੋਈ ਰਾਮ ਚੰਦਰ ਜੀ ਨਾਲ ਥੋੜ੍ਹਾ ਗੁੱਸਾ ਗਿਲਾ ਹੈਗਾ। ਸੋ ਇਹ ਸਾਡੇ ਸਿਸਟਮ 'ਚ ਹੈ ਵੀ ਇੱਕ ਦੂਜੇ ਨੂੰ ਚੁੱਕਣ ਦੇ ਤਾਂ ਠੀਕ ਆ, ਵੀ ਤੂੰ ਕਰ ਲੈ ਕੰਮ, ਮੈਂ ਜਦੋਂ ਕਦੇ ਇੱਥੇ ਫਲ ਲੈਣਾ ਹੋਵੇਗਾ ਉਦੋਂ ਆ ਜਾਵਾਂਗਾ। ਸਰਬੱਤ ਦਾ ਭਲਾ ਕਰੀ, ਮੇਰੇ ਤੋਂ ਸ਼ੁਰੂ ਕਰੀ, ਇਹ
ਜਿਹੜੇ ਹੁਣ ਸਿਸਟਮ ਨਾਲ ਸਾਡੇ ਸਿਆਸਤਦਾਨ ਚੱਲ ਰਹੇ ਨੇ, ਸਿਆਸਤ ਸਿਆਸਤ ਦੇ ਫੀਲਡ ਠੀਕ ਹੈ, ਧਾਰਮਿਕ ਫੀਲਡ ਸਿਆਸਤ ਨਹੀਂ। ਅੱਜ ਜਿਹੜੇ ਸਾਡੇ ਇਸ਼ੂਜ ਸੈਂਟਰ ਸਟੇਜ ਤੇ ਹੋਣੇ ਚਾਹੀਦੇ ਸੀ ਉਹ ਤਾਂ ਚਲੇ ਗਏ ਹਾਸ਼ੀਏ ਤੇ, ਜਿਹੜੇ ਹਾਸ਼ੀਏ ਤੇ ਹੋਣੇ ਚਾਹੀਦੇ ਸੀ ਉਹ ਆ ਗਏ ਸੈਂਟਰ ਸਟੇਜ ਤੇ। ਇਸੇ ਕਰਕੇ ਮਾਰ ਖਾ ਰਹੇ ਨਾ ਜੀ, ਆਪਣੇ ਸਿਧਾਂਤ ਅਸੀਂ ਤੋੜਤੇ, ਰਹਿ ਕੀ ਗਿਆ ਸਾਡੇ ਕੋਲ? ਕਿਤਾਬਾਂ ਅਸੀਂ ਹਾਲੇ ਤੱਕ 100 ਸਾਲ ਆ ਗਏ ਸ਼੍ਰੋਮਣੀ ਕਮੇਟੀ ਨੂੰ ਗੁਰੂ ਰਾਮਦਾਸ ਜੀ ਦੇ ਨਾਂ ਤੇ ਖਾਂਦੇ ਹਨ। ਅੱਜ ਤੱਕ ਗੁਰੂ ਰਾਮਦਾਸ ਦੀ ਬਾਇਓਗ੍ਰਾਫੀ ਤੇ ਉਹਨਾਂ ਦੀ ਜਿਹੜੀ ਲਾਈਫ ਤੇ ਉਹਨਾਂ ਦੀ ਬਾਣੀ ਦੇ ਟ੍ਰਾਂਸਲੇਸ਼ਨ ਕਰਵਾਏ। ਸ਼ਾਮ ਨੂੰ ਰਹਿਰਾਸ ਹੁੰਦੀ ਹੈ ਜਦੋਂ ਚੌਪਾਈ ਸਾਹਿਬ ਆਉਂਦੀ ਹੈ, ਉਦੋਂ ਫਿਰ ਟ੍ਰਾਂਸਲੇਸ਼ਨ ਗਾਇਬ ਹੋ ਜਾਂਦੀ ਹੈ। 2008 'ਚ ਮੈਂ ਉਹਨਾਂ ਨੂੰ ਕਿਹਾ ਜਦੋਂ ਵੀ ਮੈਂ ਕਰ ਦਿੰਦਾ ਸਾਰੀ ਰਹਿਰਾਸ ਦੀ ਦੁਬਾਰਾ ਕਰ ਦਿੰਦਾ, ਨਹੀਂ ਜੀ ਰਹਿਣ ਦਿਓ, ਚੱਲ ਇਸ ਤਰ੍ਹਾਂ ਚੱਲਣ। ਚਲੋ ਡਾਕਟਰ ਅਨੰਦਾ ਸਿੰਘ ਜੀ, ਸ਼ਾਨੇ ਖਾਲਸਾ ਚੈਨਲ ਨਾਲ ਗੱਲਬਾਤ ਕਰਨ ਲਈ ਤੇ ਇਹਨਾਂ ਚੋਂ ਪੱਖਦੇ ਮੁੱਦਿਆਂ ਤੇ ਪੂਰੀ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।